ਬਾਲਿਆ ਕੀ ਕੀਤੇ ਮੇਰੇ ਸੂਟ ਦਾ ਤੀਰਾ ਵੇਖਣਾ ਕਿਵੇਂ ਦਾ ਬਣਾ ਛੜੇ ਸ਼ਾਬਾ ਵੇ ਤੇਰੇ ਸਵਾਦ ਆ ਗਿਆ ਆ ਵਾਲ ਸੂਟ ਸੀਣਾ ਯਾਲਾ ਜਾ ਬੰਦਿਆ ਉੱਤੋਂ ਈਦ ਤੇ ਮੈਂ ਪਾਣਾ 45,000 ਦਾ ਮੈਂ ਲੰਡਨ ਵਿੱਚੋਂ ਮੰਗਵਾਇਆ ਤੇ ਤੂੰ ਫਾਦ ਕੇ ਇਹਦਾ ਖਤਬਾ ਚਾ ਛੜਿਆ 803 ਮੈਂ ਸਵਾਈ ਦੇਣੀ ਹੈ ਭਾਈ ਮੈਂ ਤੇ ਨੋਦਨ ਇਹ ਗੱਲ ਕੀਤੀ ਹੈ ਨਵਾਜ਼ ਸ਼ਰੀਫ ਉਹ 2800 ਰੁਪਇਆ ਲੱਗਣੀ ਆ ਤੂੰ ਅੱਗੇ ਉੱਤੇ ਮਗਜ਼ੀ ਵੀ ਲਾ ਦੇ ਤੇ ਨਾਲ ਮੈਂ ਥੱਲੇ ਲੈਸ ਵੀ ਲਾਈ ਉਹ ਵੀ ਪੱਲਿਓ ਮੈਂ 3,000 ਰੁਪਇਆ ਸਵਾਈ ਤੂੰ ਨਹੀਂ ਨਾ ਦੇਣੀ ਤੇ ਮੈਂ ਸੂਟ ਤੈਨੂੰ ਕੋਨੂੰ ਦੇਣਾ ਛੱਡ ਦੇ ਅਸਲਾਮ ਅਲੈਕੁਮ ਕੀ ਹਾਲ ਨੇ ਬਿਲਾਵਲ ਪੁੱਤਰ ਪੁੱਤਰੀ ਮੈਂ ਜੰਜਲ ਥਿਗੜੇ ਦੇ ਗਿਆ ਆ ਉਹ ਲੀਰਾਂ ਸੀਤੀਆਂ ਨਹੀਂ ਕੋਈ ਨਾ ਪੁੱਤਰਾ ਹੁਣ ਦੇ ਛੱਡ ਦਿਓ ਬੜਿਆ ਮਾਇਆ ਸ਼ਾਇਆ ਲਵਾ ਕੇ ਤੂੰ ਨਿਸਤਰੀ ਸ਼ਿਸਤਰੀ ਕਰਵਾਈ ਦਾ ਤੇ ਨਾਲੇ ਗੱਲ ਕਰ ਕਿੰਨੇ ਰੁਪਈਏ ਨੀ ਮੇਰੇ ਬਣ ਗਏ ਉਹ ਇਮਰਾਨ ਕਰ ਸੁਣਾ ਕੀ ਹਾਲ ਨੇ ਤੇਰੇ ਇਹਦੇ ਕੋਲੋਂ ਕਿਤੇ ਤੂੰ ਡੋਰ ਕੋਲੋਂ ਸੂਟ ਸਿਵਾਉਂਦਾ ਵਤਨਾ ਵੱਲ ਚੱਜੇ ਨੀ ਕੋਈ ਨੀ ਆ ਵਹਿੰਦਾ ਪਿਆ ਆ ਸਾਡੇ ਸੂਟ ਦੀ ਲੈਸ ਵੀ ਉਸ ਕੋਲ ਨੂੰ ਸਹੀ ਲਾਈ ਮਗਜ਼ੀ ਵੀ ਕੋਲ ਸਹੀ ਲਾਈ ਪਾ ਕੇ ਮੇਰੇ ਤਾਂ ਸੂਟ ਦੇ ਸਿਰੇ ਚੜ ਗਈ ਹੁਣ ਮੈਂ ਦੱਸੋ ਮੈਂ ਈਦ ਨੂੰ ਕੀ ਪਾਵਾਂ ਨਵਾਜ਼ ਸ਼ਰੀਫ ਮੈਂ ਤਾਂ ਠੀਕ ਹਾਂ ਨਾਲੇ ਤੂੰ ਸੂਟ ਸਾਈ ਮਾਰਨੇ ਤੂੰ ਅੱਲਾ ਦੇ ਬੰਦਿਆ ਗੋਸ਼ਤ ਇਕੱਠਾ ਕਰਨਾ ਤੇਰ ਕਿਹੜੀ ਲੋੜ ਹੈ ਸੂਟ ਏਡਾ ਲੱਠੇ ਦਾ ਪਾਣ ਦੀ ਬੜੀਆਂ ਮੈਂ ਲੈ ਸਾਂ ਤੇ ਮਗਜ਼ੀਆਂ ਬੜੇ ਡਿਜ਼ਾਈਨ ਪਿਆ ਲਵਾਉਣਾ ਪਿਛਲੀ ਉਮਰਾਂ ਹੈ ਬਹਿਲੀ ਪੁੱਤਰ ਮੇਰੇ ਤਾਂ ਸਾਡੇ ਹੀ ਸੀਣੇ ਆ ਨੀ ਮੈਨ ਕੋਣ ਏਡੀ ਫੈਸ਼ਨਾਂ ਦੀ ਲੋੜ ਹੈ ਕੌਣ ਸਾਹਿਬ ਉਹ ਇਹਦੇ ਸੂਟ ਤੇ ਮੈਂ ਇੰਨਾ ਖਰਚਾ ਕੀਤਾ ਉਹ ਵੀ ਪੱਲੇ 3,000 ਰੁਪਇਆ ਬਣਦਾ 800 ਰੁਪਇਆ ਮੈਨ ਦਿੰਦਾ ਜ਼ਿਆਰਤੀ ਪਿਆ ਕਰਦਾ ਸਮਝ ਆ ਗਈ ਤੇਰੇ ਸੂਟ ਸੀਤੇ ਪਏ ਨੇ ਅੰਦਰ ਇਸਤਰੀ ਹੋਏ ਪਏ ਨੇ ਮੈਂ ਮੀਆਂ ਲਿਆ ਦੇਣਾ 2600 ਰੁਪਇਆ ਤੇਰਾ ਬਣਦਾ ਦੋ ਸੂਟ ਦੀ 1300 ਤੇਰੇ ਕੋਲੋਂ ਲਿਆ ਡਬਲ ਸਲਾਈ ਤੇ ਪੁੱਤਰਾ ਏ ਆਪਣਾ ਹਨੇਰ ਖਾ ਵੀ ਮੁਕਾਓ ਮੇਰੀ ਸਮਝ ਤੋਂ ਕੇਸ ਬਾਹਰ ਏ ਸਮਝ ਆ ਗਈ ਉਹ ਲਿਆ ਸੂਟ ਤੇ 2603 ਮੈਂ ਨਹੀਂ ਬਲਕਿ 3,000 ਦੇਣਾ 403 ਈਦ ਵੀ ਦੇਣੀ ਏ ਤੂੰ ਮੀਆਂ ਮੇਰੇ ਸੂਟ ਟਾਈਮ ਤੇ ਸੀਤੇ ਨੇ ਉਲਟਾ ਤੂੰ 2200 ਮੇਰਾ ਖਾਂਦਾ ਪਿਆ ਛੱਡ ਦੇ ਸੂਟ ਨੂੰ।